स्टार्ट रूस दे कजान शहर वेच ब्रिक्स सम्मेलन कई पक्षां तो महत्वपूर्ण भी है अते इस दी वड्डी चर्चा भी है। डंडी ए सम्मेलन उस समय होया है जदों एक पासे रूस अते यूक्रेन विचकार पिछले लंबे समय तो जंग छिड़ी हुई है अते दूजे पासे इजराइल अते हमास विचकार खतरनाक युद्ध चल रहा है अते उस विच ईरान समेत कई अरब देश भी शामिल हो गए हैं। डंडी अमरीका अते बहुते पछमी देश नाटो संधि विच बजे हुए हैं। डंडी ਉਹਨਾਂ ਦੀ ਮਜ਼ਬੂਤ ਸ਼ਕਤੀ ਨੂੰ ਦੁਨੀਆ ਭਰ ਵਿੱਚ ਮੰਨਿਆ ਜਾਂਦਾ ਹੈ। ਡੈਂਡੀ ਦੂਸਰੇ ਪਾਸੇ ਬ੍ਰਿਕਸ ਵਿੱਚ ਸ਼ਾਮਿਲ ਦੇਸ਼ਾਂ ਦਾ ਹੀ ਵੱਡਾ ਪ੍ਰਭਾਵ ਮੰਨਿਆ ਜਾਣ ਲੱਗਾ ਹੈ। ਡੈਂਡੀ ਸਾਲ 2009 ਵਿੱਚ ਇਸ ਦੇ ਪਹਿਲੇ ਮੈਂਬਰਾਂ ਵਿੱਚ ਰੂਸ ਭਾਰਤ ਚੀਨ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਸ਼ਾਮਿਲ ਸਨ। ਡੈਂਡੀ ਹੁਣ ਇਸ ਵਿੱਚ ਈਰਾਨ ਮਿਸਰ ਇਥੋਪੀਆ ਯੂਨਾਈਟਿਡ ਅਰਬ ਅਮੀਰਾਤ ਅਤੇ ਸਾਊਦੀ ਅਰਬ ਵੀ ਸ਼ਾਮਿਲ ਹੋ ਗਏ ਹਨ। ਡੈਂਡੀ ਇਹਨਾਂ ਤੋਂ ਇਲਾਵਾ ਤੁਰਕੀ ਅਜ਼ਰਬਾਈਜ਼ਾਨ ਅਤੇ ਮਲੇਸ਼ੀਆ ਆਦਿ ਵੀ ਮੈਂਬਰ ਬਣਨ ਦੇ ਚਾਹਵਾਨ ਹਨ। ਡੈਂਡੀ ਇਸ ਦੇ ਪਹਿਲੇ ਮੰਤਵਾਂ ਵਿੱਚ ਦੁਨੀਆ ਵਿੱਚ ਸ਼ਾਂਤੀ ਸੁਰੱਖਿਆ ਵਿਕਾਸ ਅਤੇ ਭਾਈਚਾਰੇ ਨੂੰ ਉਤਸ਼ਾਹ ਦੇਣਾ ਸੀ ਪਰ ਇਸ ਨੇ ਕੌਮਾਂਤਰੀ ਪੱਧਰ ਉੱਤੇ ਅਮਰੀਕਾ ਦੇ ਪ੍ਰਭਾਵ ਨੂੰ ਘੱਟ ਕਰਨ ਦਾ ਵੀ ਯਤਨ ਕੀਤਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਸਾਰੇ ਦੇਸ਼ ਇਸ ਗੱਲ ਲਈ ਯਤਨਸ਼ੀਲ ਰਹੇ ਹਨ ਕਿ ਕਿਵੇਂ ਨਾ ਕਿਵੇਂ ਉਹ ਅਮਰੀਕੀ ਡਾਲਰ ਦੀ ਥਾਂ ਉੱਤੇ ਆਪਸ ਵਿੱਚ ਵਪਾਰ ਕਰਦਿਆਂ ਆਪਣੇ ਸਿੱਕੇ ਦੀ ਵਰਤੋਂ ਕਰਨ। ਡੈਂਡੀ ਇਸ ਦੇ ਨਾਲ ਇਹ 3 ਦਿਨਾਂ ਸੰਮੇਲਨ ਭਾਰਤ ਲਈ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਇਸ ਤੋਂ ਪਹਿਲਾਂ ਚੀਨ ਅਤੇ ਭਾਰਤ ਪਿਛਲੇ 4.5 ਸਾਲ ਤੋਂ ਪੂਰਬੀ ਲਦਾਖ ਖੇਤਰ ਗਲਵਾਨ ਘਾਟੀ ਵਿੱਚ ਦੋਹਾਂ ਦੇਸ਼ਾਂ ਦੇ ਫੌਜੀਆਂ ਦੀ ਖੂਨੀ ਝੜਪ ਤੋਂ ਬਾਅਦ ਲਦਾਖ ਦੇ ਕਈ ਹੋਰ ਸਰਹੱਦੀ ਖੇਤਰਾਂ ਵਿੱਚ 2020 ਤੋਂ ਪਹਿਲਾਂ ਵਾਲੇ ਹਾਲਾਤ ਕਾਇਮ ਕਰਨ ਲਈ ਰਾਜ਼ੀ ਹੋ ਗਏ ਹਨ। ਡੈਂਡੀ ਇਸ ਘਟਨਾਕ੍ਰਮ ਤੋਂ ਬਾਅਦ ਬ੍ਰਿਕਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਵਧੇਰੇ ਅਰਥ ਭਰਪੂਰ ਹੋ ਗਈ ਹੈ। ਡੈਂਡੀ ਚੀਨ ਨੇ 1962 ਵਿੱਚ ਸਰਹੱਦੀ ਮਸਲੇ ਉੱਤੇ ਭਾਰਤ ਨਾਲ ਯੁੱਧ ਛੇੜਿਆ ਸੀ। ਡੈਂਡੀ ਪਿਛਲੇ 62 ਸਾਲ ਤੋਂ ਆਪਸੀ ਤਜਾਰਤ ਦੇ ਹੁੰਦਿਆਂ ਵੀ ਦੋਹਾਂ ਦੇਸ਼ਾਂ ਦੇ ਸੰਬੰਧ ਆਮ ਵਰਗੇ ਨਹੀਂ ਸਨ ਹੋ ਸਕੇ। ਡੈਂਡੀ ਆਉਂਦੇ ਸਮੇਂ ਵਿੱਚ ਵੀ ਇਹਨਾਂ ਦੇ ਸੁਧਰਨ ਬਾਰੇ ਨਿਸ਼ਚਿਤ ਰੂਪ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਦੋਵੇਂ ਦੇਸ਼ ਬ੍ਰਿਕਸ ਵਰਗੇ ਸੰਗਠਨ ਦਾ ਅਹਿਮ ਹਿੱਸਾ ਰਹਿੰਦਿਆਂ ਆਪਸ ਵਿੱਚ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰੱਖਦੇ ਹਨ ਤਾਂ ਇਹਨਾਂ ਦੇ ਆਪਸ ਵਿੱਚ ਸੰਬੰਧ ਹੋਰ ਵੀ ਸੁਧਰਨ ਦੀ ਆਸ ਕੀਤੀ ਜਾ ਸਕਦੀ ਹੈ। ਡੈਂਡੀ ਇਸ ਲਈ ਚੀਨ ਨੂੰ ਆਪਣੀਆਂ ਨੀਤੀਆਂ ਵਿੱਚ ਬਦਲਾਅ ਕਰਨ ਦੀ ਵੱਡੀ ਜ਼ਰੂਰਤ
ਹੋਵੇਗੀ ਕਿਉਂਕਿ ਅੱਜ ਉਸ ਦੀਆਂ ਪਸਾਰਵਾਦੀ ਨੀਤੀਆਂ ਤੋਂ ਦੱਖਣੀ ਚੀਨ ਸਾਗਰ ਦੇ ਉਸ ਦੇ ਗੁਆਂਢੀ ਦਰਜਨਾ ਹੀ